ਇੱਕੋ ਜਿਹੀ ਆ ਤੇ ਕੁੱਟ ਘਰੇ ਕਿਹਦੇ ਵੱਧ ਪੈਂਦੀ ਆ ਕੁੱਟ ਇਹ ਕਿਹੜੇ ਘੋੜੇ ਦੀ ਆ ਇਹ ਜੀ ਕੱਲਾਂ ਵਾਲੇ ਚੇਤੇ ਘੋੜੇ ਦੀ ਆ ਜੀ ਬੱਲੇ 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 ਇੰਨਾ ਚੇਤੇ ਵੀ ਕੱਲੀ ਪਿੰਡ 'ਚ ਕੱਲ ਕੱਲਾਂ ਪਿੰਡ 'ਚ ਆ ਉਹ ਚੇਤਕ ਹਾਂਜੀ ਪਿਆਰੇ ਦੋਸਤੋ ਆਪਾਂ ਅੱਜ ਫੇਰ ਬੱਧਨੀ ਦੇ ਵਿੱਚ ਪਹੁੰਚੇ ਆ ਬਾਈ ਜੈ ਹੁਣਾਂ ਦੇ ਫਾਰਮ ਤੇ ਆ ਬਾਈ ਹੁਣਾਂ ਕੋਲੇ ਬਲੀ ਝੋਟਾ ਕਮਾਲ ਆ ਜਿਹੜੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਚੁੱਕੇ ਆ ਉਹਨੂੰ ਤੇ ਇਸ ਵੀਡੀਓ ਦੇ ਵਿੱਚ ਆਪਾਂ ਉਹਦੇ ਬੱਚਿਆਂ ਦਾ ਵੀ ਰਿਕਾਰਡ ਪੁੱਛਦੇ ਆ ਉਹਦੇ ਬੱਚੇ ਵੀ ਆ ਬਾਈ ਹੁਣਾਂ ਕੋਲੇ ਬਲੀ ਦੇ ਤੇ ਨਾਲ ਦੀ ਨਾਲ ਕੁਝ ਜਾਨਵਰ ਫਾਰਮ ਤੇ ਬਾਈ ਹੁਣਾਂ ਦੇ ਕੋਲ ਫੋਰ ਸੇਲ ਵੀ ਆ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਆਪਾਂ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਹੁਣਾਂ ਦੇ ਨਾਲ ਤੇ ਆਪਾਂ ਗੱਲਬਾਤ ਪਹਿਲਾਂ ਸਾਰਿਆਂ ਨੂੰ ਪਹਿਲਾਂ ਇੱਕ ਬਰੀਡਰ ਖੜਾ ਮਗਰਲੇ ਪਾਸੇ ਆਪਾਂ ਇਸੇ ਤੋਂ ਸ਼ੁਰੂ ਕਰਦੇ ਆ ਬਾਈ ਕੋਈ ਗੱਲ ਨਹੀਂ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਵੀਰੇ ਤੇ ਮੈਨੂੰ ਇਹਦੇ ਬਾਰੇ ਦੱਸਿਓ ਕਿ ਇਹ ਕੀਦਾ ਹੈ ਬਾਈ ਇਹ ਬਾਈ ਆਪਣੇ ਬਲੀ ਦਾ ਜੀ ਤੇ ਸਵਾ 2 ਸਾਲਾਂ ਦਾ ਹੋ ਗਿਆ ਇਹ ਸਵਾ 2 ਸਾਲ ਦਾ ਹੋ ਗਿਆ ਇਹ ਹੋ ਜਾਂਦੇ ਦੋ ਦੰਦ ਬਾਈ ਇੱਥੇ ਆ ਕੇ ਇਹ ਵੀਰੇ ਹਾਂ ਆਉਂਦਾ ਇਹ ਵੀ ਦੋ ਦੰਦ ਸਿੱਟ ਹੀ ਜਾਣੇ ਹਜੇ ਕੱਢੇ ਨਹੀਂ ਸੈੱਟ ਗਿਆ ਦੰਦ ਵੀ ਸੈੱਟ ਗਿਆ ਠੀਕ ਹੈ ਜੀ ਠੀਕ ਹੈ ਠੀਕ ਆ ਤੇ ਇਹ ਸਵਾ 2 ਸਾਲ ਦਾ ਹੋ ਗਿਆ ਤੇ ਇਹ ਬਾਈ ਬਲੀ ਦੇ ਮਗਰ ਤਿਆਰ ਕਰ ਰਹੇ ਆ ਜਾਂ ਨਹੀਂ ਵੀਰੇ ਆਪਾਂ ਇਹਨੂੰ ਸੇਲ ਕਰਾਂਗੇ ਸੇਲ ਕਰਾਂਗੇ ਇਹਨੂੰ ਦੇ ਦੇਣਾ ਇਹ ਦੇ ਦੇਣਾ ਵੀਰੇ ਠੀਕ ਆ ਤੇ ਇਹ ਆਪਣੇ ਬਾਈ ਘਰੇ ਹੀ ਪੈਦਾ ਹੋਇਆ ਸੀ ਨਹੀਂ ਵੀਰੇ ਆਪਾਂ ਕੱਟੀ ਵੇਚੀ ਸੀਗੀ 2017 ਦੇ ਵਿੱਚ ਉੱਥੇ ਪਟਿਆਲੇ 5ਵੇਂ ਨੰਬਰ ਤੇ ਲੱਗੀ ਸੀਗੀ ਜੀ ਉਦੋਂ ਥੋੜੇ ਦਿਨਾਂ ਦੀ ਗੱਪਣ ਸੀ ਸੁਪਰ ਦੇ ਮੇਥੋਂ ਬੰਦੇ ਲੈ ਗਏ ਸੀ ਇਹਦੀ ਮਾਂ ਮੰਨ ਲਓ ਜੀ ਖੀਰੀ ਕੱਟੀ ਸੀਗੀ ਗੱਪਣ ਸੀਗੀ ਸਾਰੀ 20 ਦਿਨਾਂ ਦੀ ਮੈਂ ਕਿਹਾ ਵੀ ਵੀਰੇ ਵੀ ਖਾਲੀ ਗੱਪਣ ਉਹ ਤੁਹਾਡੇ ਕਰਮ ਹੈ ਪਰ ਗੱਪਣ ਰਹਿ ਗਈ ਸੀ ਵੀਰੇ ਉਸ ਤੋਂ ਬਾਅਦ ਫਿਰ ਉਹਦੇ ਪੇਟੋਂ ਜਨਮ ਹੋਇਆ ਤੇ ਮੈਂ ਵਾਪਸ ਲੈ ਲਿਆ ਸੀ ਕੱਟਾ ਉਹਨੇ ਪਲੂਣ ਨੇ ਦਿੱਤਾ 14.5 ਕਿਲੋ ਦਾ ਤੇ ਦੂਜੇ ਸੋ ਦਿੱਤਾ 18 ਕਿਲੋ ਦਾ ਹੁਣ ਤੀਜੇ ਸੂਣ ਵਾਲੀ ਹੈ ਤੇ ਆਪਾਂ ਉਹਦੀ ਲੈਬ ਚੋਇਸ ਵੀ ਕਰਾ ਲਾਂਗੇ ਦੀ ਮਾਂ ਦੀ ਤੇ ਇੱਕ ਮੈਨੂੰ ਗੱਲ ਮੈਨੂੰ ਇਹ ਸਮਝ ਆਉਂਦੀ ਆ ਵੀ ਇਹ ਵੀ ਪਹਿਲਣ ਦਾ ਤੇ ਬਲੀ ਵੀ ਪਹਿਲਣ ਦਾ ਹਾਂ ਵੀਰੇ ਹਾਂ ਬਲੀ ਵੀ ਪਹਿਲਣ ਦਾ ਹੂੰ ਵੀ ਇਸ ਪੱਖੋਂ ਇਹਨਾਂ ਦੇ ਦੋਨਾਂ ਦੇ ਗੁਣ ਪੂਰੇ ਮਿਲਦੇ ਆ ਹਾਂ ਵੀਰੇ ਹਾਂ ਤੇ ਆ ਬਾਈ ਇਹ ਵੀਰੇ ਬਲੀ ਦੀ ਝੋਟੀ ਹੈ ਜੀ ਦੂਜੇ ਨੂੰ 1.5 ਮਹੀਨਾ ਰਹਿ ਗਿਆ ਸੂਣ ਚ ਇਹਦੇ ਜੀ ਤੇ ਇਹਨੇ 14.5 ਕਿਲੋ ਦੁੱਧ ਮੰਨ ਲਓ ਪਲੱਸ ਦਿੱਤਾ ਹੈ ਪਹਿਲਣ ਨੇ ਹਾਂ ਹੁਣ ਇਹਨੇ ਦੂਜੇ ਸੂਏ ਸੂਣਾ ਦੂਜੇ ਸੂਣਾ ਵੀਰੇ ਨੇ ਹਾਂ ਠੀਕ ਆ ਜੀ ਤੇ ਆ ਬਾਈ ਜਿਹੜੀ ਬੈਠੀ ਆ ਥਾਈ ਪ੍ਰੇਮ ਇਹ ਮੈਨੂੰ ਸਾਰਿਆਂ ਨਾਲੋਂ ਵੱਡੀ ਮੱਝ ਲੱਗਦੀ ਆ ਵੀਰੇ ਹਾਂ ਇਹ 2017 ਦੇ ਵਿੱਚ ਇਹ ਦੋ ਦੰਦ ਝੋਟੀ ਸੂਈ ਹੋਈ ਸੀ ਵੀਰੇ ਜੀ ਜਿਹਨੂੰ ਆਪਾਂ ਬਰੀਡ ਦੇ ਵਿੱਚ ਕਹਿ ਦਈਏ ਸੂਈ ਵੀ ਮੰਨ ਲਓ ਜੀ ਉਹਦੇ ਵਿੱਚ ਇੰਡੀਆ ਲੈਵਲ ਦੇ ਦੂਜੇ ਨੰਬਰ ਤੇ ਆਈ ਸੀ ਵੱਡੀਆਂ ਮਈਆਂ ਦੇ ਵਿੱਚ ਇਹ ਦੋ ਦੰਦ ਉਹਦੇ ਪਹਿਲਣ ਝੋਟੀ ਸੀ ਅੱਛਾ ਇਹ ਵੀ ਬਲੀ ਦੀ ਆ ਵੀਰੇ ਇਹ ਬਲੀ ਦੀ ਆ ਇਹ ਪਹਿਲੀ ਝੋਟੀ ਬਲੀ ਦੀ ਸਾਡੇ ਕੋਲ ਪਹਿਲੀ ਝੋਟੀ ਇਹ ਬਲੀ ਦੀ ਤੇ ਵੈਸੇ ਮੇਰੇ ਹਿਸਾਬ ਨਾਲ ਬਲੀ ਦੇ ਟੱਕਰ ਚ ਹੀ ਹੋਊਗਾ ਹਾਂ ਵੀਰੇ ਕੱਦ ਬਹੁਤ ਆ ਤਾਂ ਚੌੜੀ ਬਹੁਤ ਆ ਵੀਰੇ ਤੇ ਇਹ ਬਲੀ ਦੀ ਆ ਇਹ ਵੀ ਸੂਣ ਵਾਲੀ ਆ ਬਾਈ ਇਹ ਵੀਰੇ ਹਾਂ ਵੀ ਸੂਣ ਵਾਲੀ ਆ ਇਹਨੇ ਵੀਰੇ 17 ਪਲੱਸ ਦੁੱਧ ਦਿੱਤਾ ਇਹਨੇ ਪਹਿਲਣ ਨੇ ਦੋ ਦੰਦ ਨੇ ਤੇ ਇਹ ਹੁਣ ਕੀ ਤੋਂ ਸੂਣ ਵਾਲੀ ਆ ਇਹ ਹੁਣ ਵੀਰੇ ਹੈਗੀ ਆ M29 ਤੋਂ M29 ਸਰਕਾਰੀ ਸੀਮਾ ਨਾ ਹਾਂ ਸਰਕਾਰੀ ਸੀਮਾ ਨਾ ਸਰਕਾਰੀ ਸੀਮਨਾ ਤੇ ਜਿਹੜਾ ਬਾਈ ਆਪਣਾ ਬਲੀ ਆ ਉਹ ਜੋਗਰਾਜ ਦਾ ਤੇ ਜੋਗਰਾਜ ਵੀ ਸਰਕਾਰੀ ਸੀਮਨਾ ਉਹਨੇ ਵੀਰੇ ਉੱਥੇ ਪਿੰਡ ਦੇ ਵਿੱਚ ਮੰਨ ਲਓ ਸਾਣ ਛੱਡਿਆ ਵਾ ਸੀਗਾ ਠੀਕ ਹੈ ਉਸਦਾ ਤੇ ਆ ਬਾਈ ਇਹ ਵੀ ਵੀਰੇ ਬਲੀ ਦੀ ਹੈ ਇਹਨੇ ਮੰਨ ਲਓ ਆਪਾਂ ਇਹ ਮੁੱਲ ਲਈ ਆ ਝੋਟੀ ਇਹ ਫਿਰੋਜ਼ਪੁਰੋਂ ਲਈ ਹੈ ਜੀ ਜਿਹੜੇ ਬੰਦੇ ਬਰੀਡਰ ਸਭ ਨੂੰ ਪਤਾ ਵੀ ਕਿੱਥੋਂ ਆਈ ਹੈ ਝੋਟੀ ਇਹ ਵੀਰੇ ਨੇ ਪਲੂਣ ਨੇ ਦਿੱਤਾ 17 ਦੂਜੇ ਸੋ 21 ਕਿਲੋ ਦਿੱਤਾ ਇਹਨੇ ਲੈ ਚਵਾਈ ਹੋਈ ਵੀ ਇਹਦੀ ਤੇ ਗਾਂ ਤੀਜੇ ਨੂੰ ਹੁਣ ਗੱਬਣ ਆਪਾਂ ਲੈ ਲਈ ਇਹ ਧੋਕੜ ਖਾਲੀ ਲਈ ਸੀਗੀ ਤੇ ਗੱਬਣ ਆਪਾਂ ਕਰੇ ਹੁਣ ਵੀਰੇ ਗਾਂ ਦਾਰੇ ਤੋਂ ਲਕਸ਼ਮੀ ਡੇਰੀ ਵਾਲਿਆਂ ਤੋਂ ਗੱਬਣਾ 3 ਮਹੀਨੇ ਦੀ ਤੇ ਦੁੱਧ 12 ਕਿਲੋ ਹੁਣ ਵੀ ਇਹਦੇ ਥੱਲੇ ਤਿਆਰ ਆ ਜੰਦਾ ਮਹੀਨੇ ਦੀ ਸੂਈ ਵੀ ਜੰਦਾ ਹੁਣ ਆਪਾਂ ਇਹ ਕਹਿ ਲਗੇ ਵੀ ਮੱਝਾਂ ਵਾਲੇ ਮਸਲੇ ਤੇ ਆਪਣੇ ਕੋਲੇ ਜ਼ਿਆਦਾਤਰ ਬਲੀ ਦੀਆਂ ਹੀ ਆ ਹਾਂ ਵੀਰੇ ਹਾਂ ਬਲੀ ਦੀਆਂ ਆ ਮੈਨੂੰ ਫੋਨ ਆ ਗਿਆ ਸੀ ਵਿੱਚ ਮੈਂ ਫੋਨ ਕੱਟ ਦਿਆਂ ਇਹ ਮਤਲਬ ਮੱਝਾਂ ਜ਼ਿਆਦਾਤਰ ਆਪਾਂ ਬਲੀ ਦੀਆਂ ਬਲੀ ਤੇ ਜਾਣੇ ਦਾ ਤੁਸੀਂ ਪੂਰਾ ਵਿਸ਼ਵਾਸ ਕਰਦੇ ਆ ਬਲੀ ਦੇ ਬੱਚੇ ਦੁੱਧ ਦੇਣਗੇ ਹਾਂ ਇਹ ਆ ਤਾਂ ਉਹੀ ਹੋ ਗਈ ਹਨਾ ਪਰਿਵਾਰ ਇਹਦੀ ਵੀ ਚੜਾਈ ਬਹੁਤ ਆ ਵੀਰੇ ਹਾਂ ਤੀਜੇ ਸੂ ਸੁਣਾ ਵੀਰੇ ਬਹੁਤ ਵੱਡੀ ਝੋਟੀ ਆ ਤੇ ਮੈਂ ਇੱਕ ਗੱਲ ਹੋਰ ਦੇਖੀ ਆ ਤੁਹਾਡੇ ਜਾਨਵਰਾਂ ਦੀ ਇਹ ਡਰਦੇ ਨਹੀਂ ਹਾਂ ਵੀਰੇ ਡਰਦੇ ਉਹ ਮੇਲੇ ਤੇ ਜਾਂਦੇ ਆ ਬਾਕੀ ਸੁੱਖ ਨਾ ਕੋਈ ਬਲੀ ਨੂੰ ਵੇਖਣ ਆਉਂਦਾ ਅਸੀਂ ਪਸ਼ੂ ਕਿਸੇ ਵਿਚਾਰ ਨਹੀਂ ਮੰਨੀ ਖੋਲ ਕੇ ਹਰ ਇੱਕ ਨੂੰ ਵਿਖਾਈਦਾ ਵੀ ਇਹ ਪ੍ਰਮਾਤਮਾ ਨੇ ਸਾਡੇ ਘਰੇ ਚੀਤੇ ਤਾਂਹੀਓ ਕੋਈ ਆਉਂਦਾ ਤੇ ਆ ਹਰ ਇੱਕ ਨੂੰ ਆਪਾਂ ਖੋਲ ਕੇ ਜਾਨਵਰ ਵਿਖਾਈਦਾ ਕਿ ਇੱਕ ਤਾਂ ਡਰ ਚੱਕਿਆ ਜਾਂਦਾ ਇੱਕ ਅਗਲੇ ਦਾ ਆਏ ਦਾ ਮਨ ਖੁਸ਼ ਹੋ ਜਾਂਦਾ ਵੀ ਯਾਰ ਵੇਖਣ ਗਏ ਸੀ ਉਹਨਾਂ ਨੇ ਪਸ਼ੂ ਵਿਖਾਏ ਆ ਤੇ ਮੱਥੇ ਵੱਟ ਪਾਉਣਾ ਵੀ ਨਹੀਂ ਚਾਹੀਦਾ ਵੀਰੇ ਜੇ ਕੋਈ ਪ੍ਰਮਾਤਮਾ ਨੇ ਚੀਜ਼ ਦਿੱਤੀ ਆ ਤਾਂ ਜ਼ਰੂਰ ਜੇ ਕੋਈ ਵੇਖਣ ਆਇਆ ਵਿਹਲਾ ਕੋਈ ਵੀ ਨਹੀਂ ਅੱਜ ਕੱਲ ਬਾਕੀ ਵੀਰੇ ਗੱਲ ਇਹ ਆ ਵੀ ਜਿਹੜੇ ਹੁਣ ਐਡੇ ਐਡੇ ਭਲਵਾਨ ਜਾਂ ਐਡੇ ਐਡੇ ਲੋਕ ਮੈਦਾਨਾਂ 'ਚ ਫਿਰਦੇ ਆ ਦੁਨੀਆ ਉਹਨਾਂ ਨੂੰ ਦੇਖ ਦਗੋਈ ਆ ਆਏ ਵੇਖਣ ਨਾ ਤਾਂ ਕੁਝ ਨਹੀਂ ਹੋ ਜਾਂਦਾ ਵੀਰੇ ਕੋਈ ਨਹੀਂ ਹਨਾ ਇਹ ਐਵੇਂ ਗੱਲਾਂ ਬਣੀਆਂ ਵੀ ਉਹ ਨਜ਼ਰ ਲੱਗ ਗਈ ਫਲਾਨਾ ਹੋ ਗਿਆ ਐ ਕੁਝ ਨਹੀਂ ਹੁੰਦਾ ਹੁਣ ਵੀ ਆ ਸਾਰੀ ਦੁਨੀਆ ਨੇ ਵੇਖਣਾ ਹੀ ਆ ਵੇਖਣਾ ਹੀ ਸਹੀ ਗੱਲ ਆ ਵੀਰੇ ਹਨਾ ਬਈ ਜੇ ਕੋਈ ਚੰਗੀ ਚੀਜ਼ ਹੋ ਉਸੇ ਨੂੰ ਹੀ ਅਗਲਾ ਕਹੂ ਚੰਗੀ ਆ ਦੂਜੀ ਨੂੰ ਤਾਂ ਚੰਗੀ ਵੀ ਨਹੀਂ ਕਿਹਾ ਜਾਂਦਾ ਹਨਾ ਬਈ ਤੇ ਆ ਬਈ ਇਹ ਵੀਰੇ ਮੱਝ ਆਪਣੀ ਘਰ ਦੀ ਐ 7ਵੇਂ ਸੂਏ ਗਾਂ ਗੱਬਣਾ ਬਲੀ ਤੋਂ ਫਿਰ ਗੱਬਣਾ ਅੱਛਾ ਇਹਦੀ ਬਲੀ ਦੀ ਕੱਟੀ ਅੱਗੇ ਦੇ ਮਗਰ ਉਧਰ ਵਿਖਾ ਦਨੇ ਉਧਰਲੇ ਪਾਸੇ ਅੱਛਾ ਇਹ ਬਲੀ ਤੋਂ ਗੱਬਣ ਵਾਲੀ ਆ ਇਹ ਜਿਹਨੇ ਜਿਹ ਤੋਂ ਆਪਾਂ ਬਰੀਡ ਤਿਆਰ ਕਰ ਰਹੇ ਆ ਬਲੀ ਦੀ ਹਾਂ ਵੀਰੇ ਹਾਂ
ਬਈ ਇਹ ਬਲੀ ਦੇ ਖਾਨਦਾਨ ਚੋਂ ਉਦਾਂ ਬਾਹਰ ਹਾਂ ਬਾਹਰ ਆ ਵੀਰੇ ਇਹ ਬਹੁਤ ਬੜਾ ਲੈਣ ਦੀ ਆ ਤੇ ਆ ਬਈ ਝੋਟੀ ਨਿਆਣੀ ਜੀ ਲੱਗਦੀ ਹੈ ਮੈਨੂੰ ਇਹ ਹਾਂ ਵੀਰੇ ਦੋ ਦਾੰਦਾ ਇਹ ਵੀ ਬਲੀ ਦੀ ਹੈ ਤੇ ਦੁੱਧ ਵੀਰੇ ਆਪਾਂ ਇਹਦੀ ਲੈਬ ਚਵਾਈ ਦੀ ਗੱਲ ਕਰਦੇ ਸੀ ਆਪਾਂ ਜਦੋਂ ਵੀਡੀਓ ਦੀ ਗੱਲ ਹੋਈ ਸੀ ਆਪਾਂ ਲੈਬ ਚਵਾਈ ਕਰਾਵਾਂਗੇ ਪਰ ਥੋੜੀ ਜੀ ਇੱਕ ਤਰ੍ਹਾਂ ਜੇਰ ਰਹਿ ਗਈ ਤੇ ਕੋ ਥੋੜਾ ਜਿਹਾ ਦਾਣਾ ਮੰਨ ਲਓ ਸਾਤੋਂ ਦੁੱਧ ਕਰ ਗਈ ਸੀ 15 ਪਲੱਸ ਏ ਸਾਨੂੰ ਅਸੀਂ ਵੀ ਦਾਣਾ ਥੋੜਾ ਹੋਰ ਵਧਾ ਦਈਏ ਵੀ ਚੱਲ ਦੁੱਧ 16 ਪਲੱਸ ਹੀ ਕਰਾਂਗੇ ਹੁਣ ਇਹ ਵਾਤ 14 ਕਿਲੋ ਤੋਂ ਤਿਆਰ ਆ ਵੀਰੇ ਇਹਦੀ ਆਪਾਂ ਲੈਬ ਚਵਾਈ ਕਰਾਵਾਂਗੇ ਪਰ ਹੁਣ ਦੇਣ ਲੱਗਣਗੇ ਨਹੀਂ ਆਪਣੀ ਉਧਰ ਇਹੀ ਗੱਲ ਹੋਈ ਸੀ ਵੀ ਆਪਾਂ ਨਾਲ ਵੀਡੀਓ ਲੈਬ ਚਵਾਈ ਕਰਾਵਾਂਗੇ ਹਾਂ ਵੀ ਇਹ ਲਾਈਵ ਕਰਨੀ ਹੈ ਦੋ ਦਾੰਦਾ ਵੀਰੇ ਝੋਟੀ ਵੇਖ ਕਾ ਦਾ ਕਿੱਡਾ ਵੇ ਹਾਂ ਇਹਦਾ ਕੱਦ ਬਹੁਤ ਜ਼ਿਆਦਾ ਹਾਂ ਵੀਰੇ ਤੇ ਇਹਦਾ ਲੇਵਾ ਲੂਵਾ ਬਹੁਤ ਸੋਹਣਾ ਇਹ ਪਹਿਲੇ ਸੂਏ ਸੂਈ ਆ ਇਹ ਪਰ ਪਹਿਲੇ ਦੋ ਦਾੰਦਾ ਜੀ ਕੋਈ ਚੌਗੀ ਨਹੀਂ ਦੋ ਦਾੰਦਾ ਮੰਨ ਲਓ 2.5 ਸਾਲ ਦੀ ਹੋਈ ਹੈ ਤੇ ਪਹਿਲੇ ਸੂਏ ਇੰਨਾ ਵੱਡਾ ਲੇਵਾ ਹਾਂ ਵੀਰੇ ਲੇਵਾ ਕੱਦ ਵੇਖ ਵੀਰੇ ਕੱਦ ਵੀ ਤੇ ਲੇਵਾ ਵੀ ਥਣ ਥੋਣ ਬੜਾ ਵਧੀਆ ਜਦੋਂ ਸਮਾਂ ਕਰਦੀ ਹੈ ਪੂਰਾ ਕਰਦੀ ਤੇ ਅਗਲੇ ਸਾਲ ਪੂਰਾ ਰਿਕਾਰਡ ਦੁੱਧ ਦਿਓ ਵੀਰੇ ਸੁੱਖ ਚਾਹੀਦੀ ਬਹੁਤ ਵੱਡੀ ਮੰਨ ਲਓ ਇੰਡੀਆ ਲੈਵਲ ਤੇ ਮੱਝ ਬਣਨ ਵਾਲੀ ਹੈ ਵੀਰੇ ਬਹੁਤ ਵੱਡੀ ਮੱਝ ਬਣੂਗੀ ਸ਼ੁਕਰ ਆ ਮਾਲਕ ਦਾ ਕੋਈ ਪੇਟੀ ਹੋਰ ਇਹਦੀ ਬਹੁਤ ਚੌੜੀ ਹੋ ਜਾਣੀ ਹੈ ਪਿੱਛੋਂ ਵੀ ਇਹਨੇ ਅੱਗਾ ਵੀ ਮੰਨ ਲਓ ਪੂਰਾ ਬਣਾ ਜਾਣਾ ਆਪਾਂ ਉਧਰਲੇ ਪਾਸੇ ਫੇਰ ਚੱਲਦੇ ਇੱਕ ਝੋਟੀ ਬੈਠੀ ਆ ਹਾਂ ਵੀਰੇ ਹਾਂ ਕੱਟੀ ਆ ਜਾਓ ਹਾਂ ਆਈ ਪ੍ਰੀਤ ਇੱਕ ਬਾਈ ਤੇਰੇ ਕੋਲੇ ਆ ਝੋਟੀ ਖੜੀ ਆ ਕੱਟੀ ਹਾਂਜੀ ਹਾਂਜੀ ਕੱਟੀ ਮੇਰੇ ਹਿਸਾਬ ਨਾਲ ਇੱਕ ਸਾਲ ਕ ਦੀ ਹੋਊਗੀ ਹਾਂ ਵੀਰੇ ਇਹ 12 ਮਹੀਨਿਆਂ ਦੀ ਹੋਊਗੀ ਭਰਾ ਹਾਂ ਤੇ ਇਹ ਕੀਦੀ ਆ ਬਾਈ ਇਹ ਵੀਰੇ ਦੀ ਮਾਂ ਤਾਂ ਹੈਗੀ ਆ ਬਲੀ ਦੀ ਜੀ ਹਾਂ ਪਹਿਲਾਂ ਮੰਨ ਲਓ ਪਹਿਲੇ ਸੂਏ ਦੀ ਝੋ ਕੱਟੀ ਆ ਇਹ ਆਪ ਵੀਰੇ ਬਿਰਲੇ ਦੀ ਜਿਹੜਾ ਕਰਮਵੀਰ ਕੋਲੇ ਮੰਨ ਲਓ ਬਿਰਲਾ ਉਹਦੀ ਮਾਂ ਦਾ 29 ਕਿਲੋ ਕੋਸਰ ਕਾਟ ਆ ਜਿਹੜੀ ਮੰਨ ਲਓ ਜਿਹਦੀ ਧੀ ਆ ਉਹਦੇ ਠੀਕ ਆ ਜੀ ਪਿਓ ਦੀ ਮਾਂ ਤੇ ਇਹ ਫਾਰਮ ਤੇ ਰਹੂਗੀ ਆਪਣੇ ਕਿ ਵਿੱਚ ਇਹ ਵੀਰੇ ਆਪਾਂ ਸੇਲ ਕਰ ਦਾਂਗੇ ਬਿਰਲਾ ਤੇ ਟਾਟਾ ਬਹੁਤ ਮਸ਼ਹੂਰ ਹੋਏ ਆ ਤੇ ਉਵੇਂ ਝੋਟਾ ਵੀ ਬਿਰਲਾ ਇੱਕ ਬਹੁਤ ਮਸ਼ਹੂਰ ਆ ਬਿਰਲੇ ਹੀ ਝੋਟੇ ਆਪਾਂ ਕਹਿ ਸਕਦੇ ਆ ਹੁੰਦੇ ਆ ਅਜੋ ਆਪਾਂ ਉਧਰ ਚੱਲਦੇ ਆ ਬਾਈ ਇੱਕ ਯਾਰ ਮੈਂ ਪ੍ਰੀਤ ਇੱਧਰ ਨੂੰ ਚੱਲੀਏ ਇੱਕ ਉਧਰ ਬੱਚੀਆਂ ਖੜੀਆਂ ਯਾਰ ਬਹੁਤ ਚੰਗੀਆਂ ਬਾਈ ਉਹ ਵੀ ਦਿਖਾਈ ਦਿਓ ਨਾਲੇ ਆ ਗਾਂ ਸੱਚੀ ਯਾਰ ਇਹਦੇ ਨਾਲ ਤਾਂ ਭਿੜਦੀ ਸੀ ਇਹ ਹਾਂ ਵੀਰੇ ਇਹ ਮੰਨ ਲਓ ਦੇਸੀ ਗਾਂ ਤੇ ਸਾਹੀਵਾਲ ਦੀ ਕ੍ਰੋਸ ਆ ਵੀਰੇ ਬੱਚੀ ਜੀ ਤੇ ਅੱਜ ਸੂਈ ਨੇ ਉਹਨੂੰ 7ਵਾਂ ਦੇਣਾ ਜੀ ਤੇ 8ਵਾਂ ਦੇਣਾ ਵੀਰੇ ਇਹਦੀ ਫੈਟ 9-3 ਆਈ ਹੈ ਬੱਲੇ 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 ਇੰਨੀ ਫੈਟ ਹਾਂ ਵੀਰੇ ਸੀਲ ਬਹੁਤ ਆ ਮੰਨ ਲਓ ਹੱਥ ਫੇਰ ਲਾ ਜੀ 10 ਮਿੰਟ ਲਾਉਣੇ ਤਾਂ ਰਿੰਗਦੀ ਆ ਵੀ ਮੇਰੇ ਹੱਥ ਦੁਆਰੇ ਫੇਰ ਫੇਰ ਇਹ ਮੰਨ ਲਓ ਦੇਸੀ ਗਾਂ ਤੇ ਸਾਹੀਵਾਲ ਦੀ ਕ੍ਰੋਸ ਹੈ ਕ੍ਰੋਸ ਹੈ ਮੈਂ ਪਹਿਲਣ ਬੱਚੀ ਆ ਵੀਰੇ ਹਾਂ ਪਹਿਲਣ ਬੱਚੀ ਸੂਈ ਆ ਦੁੱਧ ਦੇ ਦੂ ਵੀਰੇ ਇਹ 14-15 ਕਿਲੋ ਦੁੱਧ ਦੇ ਦੂਗੀ ਤੇ ਇਹ ਫਾਰਮ ਤੇ ਰੱਖਣ ਵਾਸਤੇ ਨਹੀਂ ਹਾਂ ਵੀਰੇ ਰੱਖਣ ਵਾਸਤੇ ਇਹ ਵੀਰੇ ਆਪਾਂ ਘੋੜੀ ਸੂਈ ਆ ਤੇ ਉਹਦੇ ਵਾਸਤੇ ਲਈ ਆ ਆਪਾਂ ਸ਼ੇਰੀ ਨੂੰ ਦੁੱਧ ਪਿਉਣ ਵਾਸਤੇ ਤੇ ਘੋੜੀ ਵੀ ਦਿਖਾਉਣੀ ਆ ਤੇ ਘੋੜੀ ਵਾਲੇ ਮਸਲੇ 'ਚ ਆਪਾਂ ਬੱਚਿਆਂ ਦੀ ਇੰਟਰਵਿਊ ਵੀ ਕਰਨੀ ਆ ਲਾਸਟ ਤੱਕ ਬਣੇ ਰਹੋ ਆਪਾਂ ਬੱਚਿਆਂ ਤੋਂ ਪੁੱਛਣਾ ਇਹਨਾਂ ਦੇ ਤੋਂ ਵੀ ਤੁਸੀਂ ਹੁਣ ਤੱਕ ਕੀ ਸਿੱਖਿਆ ਆਹ ਸੇ ਇੱਧਰ ਵੀ 2-3 ਫਿਰਦੇ ਆ ਉਹ 4-5 ਫਿਰਦੇ ਆ ਦੇਖ ਪ੍ਰੀਤ 28 ਬਾਈ 28 ਆਓ ਜਿਹੜੀ ਲਾਲ ਜੀ ਆ ਪ੍ਰੀਤ ਉੱਤੇ ਕਰੀ ਕੈਮਰਾ ਉਹ ਬਾਈ ਉਹ ਵੀਰੇ ਉਹ ਆਪ ਹੈਗੀ ਆ ਮਾਂ ਮੰਨ ਲਓ ਸਾਹੀਵਾਲ ਸੀ ਤੇ ਆਪ ਜਰਸੀ ਸੀਮਨ ਦੀ ਆ ਠੀਕ ਆ ਤੇ ਆ ਆ ਇੱਕ ਆ ਅਮਰੀਕਾ ਵੀਰੇ ਹਾਂ ਇਹ ਐਚਐਫ ਦੇ ਵਿੱਚੋਂ ਆ ਸਾਰੀਆਂ ਤੇ ਜਾਂਦੀ ਸਾਡੇ ਜਾਨਵਰਾਂ ਚੋਂ ਟੌਪ ਬੱਚੀਆਂ ਦੇ ਵਿੱਚੋਂ ਇਹ ਟੌਪ ਬੱਚੀ ਸਾਡੀ ਆ ਹੈ ਓਹੋ ਜੀ ਇਹ ਵੀਰੇ ਪੀਡੀਐਫ ਦੇ ਸੀਮਨ ਦੀ ਆ ਮਾਂ ਦਾ ਰਿਕਾਰਡ ਮੰਨ ਲਓ 60 ਪਲੱਸ ਹੀ ਸਹੀ ਲਈ ਆ ਬੱਚੀ ਇਹ ਅੱਛਾ ਜੀ ਅੱਛਾ ਉਹ ਬੱਚੀ ਤੇ ਉਹਦੀ ਤਾਂ ਉਮਰ ਤਾਂ ਮੈਨੂੰ ਥੋੜਗੋ ਹੀ ਲੱਗਦੀ ਹੈ ਇਹ ਵੀਰੇ 7.5 ਮਹੀਨੇ ਦੀ ਹੋਗੀ ਭਰਾ ਤੇ ਪਰ ਉਹ ਇਹ ਸਾਲ ਸਵਾ ਸਾਲ ਦੀਆਂ ਬਣ ਜਾਂਦੀਆਂ ਹਾਂ ਵੀਰੇ ਬਣ ਜਾਂਦੀਆਂ ਬਾਕੀ ਸਾਰੀਆਂ ਮੰਨ ਲਓ ਕੋਈ 5 ਦੀ ਕੋਈ 4 ਦੀ ਇੱਥੇ ਜਈ ਆ ਇਹ ਸਾਰੀਆਂ ਤੇ ਇਹ ਵੀ ਬਾਈ ਸਾਰੀਆਂ ਖਰੀਦੀਆਂ ਹੋਈਆਂ ਇਹ ਵੀਰੇ ਹਾਂ ਖਰੀਦੀਆਂ ਹੋਈਆਂ ਇਹਦੇ ਵਿੱਚੋਂ ਵੀਰੇ ਆਪਾਂ ਉਹ ਕੱਲੀ ਰੱਖਣੀ ਆ ਬਾਕੀ ਸੇਲ ਕਰਾਂਗੇ ਸਾਰੀਆਂ ਉਹ ਰੱਖਣੀਆਂ ਸੀ ਬੱਚੇ ਅੱਛਾ ਬਈ ਪ੍ਰੀਤ ਮਾੜਾ ਜਿਹਾ ਕੈਮਰਾ ਘੁਮਾ ਦੀ ਬਈ ਇੱਧਰ ਨੂੰ ਵੀ ਲਓ ਜੀ ਉਹ ਫਿਰਦੀ ਆ ਇੱਕ ਤਾਂ ਆ ਮਾਰੀ ਜਾਂਦੀ ਆ ਜੀਭਾਂ ਜੀਆਂ ਇਹ ਇੱਕ ਆਹ ਬਾਈ ਇਹਦਾ ਰੰਗ ਥੋੜਾ ਜਿਹਾ ਇਹ ਜਰਸੀ ਐ ਵੀਰੇ ਜਰਸੀ ਸਿਮਨ ਦੀ ਐ ਅੱਛਾ ਇਹ ਜਰਸੀ ਇਹ 50-62 ਦੀ ਜਿਹੜਾ ਜਰਸੀ ਨਹੀਂ ਬੋਲ ਆਇਆ ਸੀ ਉਹਦੀ ਐ ਜੀ 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 ਤੇ ਬਾਕੀ ਬਾਈ ਹੁਣਾਂ ਨੇ ਉਹ ਸਾਰਾ ਉਹ ਛੱਡ ਕੇ ਜਿਹੜੀ ਇਹਨਾਂ ਚ ਉਮਰ ਚ ਵੱਡੀ ਆ ਉਹ ਛੱਡ ਕੇ ਬਾਕੀ ਜਾਂ ਬੱਚੀਆਂ ਜਿਹੜੀਆਂ ਉਹ ਵੀ ਸੇਲ ਕਰਨੀਆਂ ਉਹ ਤਾਂ ਮੱਥੇ ਪਟਾ ਹੀ ਬਹੁਤ ਵਧੀਆ ਜਿਵੇਂ ਕਾਲੇ ਕਾਂਟੇ ਦੇ ਬੱਚਿਆਂ ਦੇ ਆਉਂਦਾ ਹੁੰਦਾ ਉਹ ਪਰਲੇ ਪਾਸੇ ਖੜੀ ਆ ਬਾਕੀ ਚੰਗੇ ਸੀਮਨ ਦੀਆਂ ਵੀਰੇ ਚੰਗੀਆਂ ਗਾਈਆਂ ਦੀਆਂ ਫਾਰਮ ਚੋਂ ਲਈਆਂ ਸੀ ਆਪਾਂ ਆ ਜਾਓ ਹੁਣ ਆਪਾਂ ਉਧਰਲੇ ਪਾਸੇ ਚੱਲਦੇ ਆਂ ਕਿਵੇਂ ਪ੍ਰੀਤ ਵੀ ਕੀ ਹਾਲ ਆ ਹੋਰ ਵੀਰੇ ਕੀ ਹਾਲ ਆ ਕਹਿਮ ਆ ਬਾਈ ਫਿੱਟ ਆ ਜਾ ਪ੍ਰੀਤ ਆ ਜਾ ਪ੍ਰੀਤ ਨਾਲੇ ਬਾਈ ਬਾਈ ਹੁਣਾਂ ਕੋਲੇ ਘੋੜੀ ਕਮਾਲ ਦੀ ਆ ਤੁਹਾਨੂੰ ਘੋੜੀ ਵੀ ਦਿਖਾਉਣੀ ਆ ਘੋੜੀ ਵੀ ਆਪਾਂ ਦੇਖਦੇ ਆਂ ਤੇ ਆ ਪਹਿਲਣ ਦਾ ਬੱਚਾ ਹਨਾ ਬਾਈ ਆ ਵੀਰੇ ਪਹਿਲਣ ਦਾ M29 ਦਾ ਇਹ ਉਹਦਾ ਪਹਿਲਾਂ ਦਾ ਬੱਚਾ ਜਿਹਦੀ ਆਪਾਂ ਲਾਈਵ ਚਵਾਈ ਕਰਾਂਗੇ ਠੀਕ ਆ ਜੀ ਤੇ ਆ ਜਾਓ ਮਾੜਾ ਜਿਹਾ ਇੱਧਰ ਨੂੰ ਵੀ ਆ ਜਾਓ ਤੇ ਯਾਰ ਆਪਣਾ ਮਿੱਤਰ ਆ ਯਾਰ ਉਹ ਮਤਲਬ ਵਪਾਰ ਕਰਦਾ ਮੰਡੀ ਦੇ ਮਾਲ ਮੂਲ ਵੇਚਦਾ ਸੀ ਇੱਥੇ ਉਹ ਕਹਿੰਦਾ ਵੀ ਮੰਡੀਆਂ ਹੋਈਆਂ ਬੰਦ ਲਾਕਡਾਊਨ ਕਰਕੇ ਤੇ ਇੱਥੇ ਵੇਚਣ ਵਾਸਤੇ ਆਈਆਂ ਦੋਨੇ ਮਈਆਂ ਆਪਣੇ ਕੋਲੇ ਅੱਛਾ ਇਹ ਵੇਚਣ ਵਾਸਤੇ ਆਈਆਂ ਹਾਂ ਦੋਨੇ ਵੇਚਣ ਵਾਸਤੇ ਵੀਰੇ ਸੂਈ ਵੀ ਆ ਦੁੱਧ ਦੇ ਥੱਲੇ 11 ਕਿਲੋ ਆ ਜੀ ਆ ਸੂਣ ਵਾਲੀ ਆ ਇਹ ਵੀ ਆਪਾਂ ਮੰਨ ਲਓ ਸੇਲ ਕਰਨੀ ਆ ਜੇ ਕੋਈ ਮਿੱਤਰ ਪਿਆਰਿਆਂ ਨੇ ਲੈਣੀ ਆਪਾਂ ਵੇਚ ਦਾਂਗੇ ਵੀ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ
घोड़ी घोड़ी बारे भाई जानकारी देंगे बच्चे आपां नूं आ जाओ उरे आ जाओ प्रीत पिछे हट जी माड़ा जा लै भी बापू वाली गद्दी इन्हां ने सांभणी आ ते हुण तक किन्ने काबल होए आपां पुछदे आ गलबात करदे आ घोड़ी रखी है इन्होंने शौक ना मुंडिया ने तो सब तो बड़ी गल यह भी अपने चैनल के कट्टड़ फॉलोअर आ कट्टड़ जिन्हों कहते होंगे पूरे भी घरद रोटी फड़ाते तो इन्हों का ध्यान बिच कई बार वीडियो दे हुंदा मेरे नाल अज माड़ी मोटी घरद ने कहा भी इन्हों कह के जा भी भाई रोटी पानी ध्यान ना खा लिया करो वीडियो घट ध्यान दया करो वध ध्यान देंदे आ मैं कह के भी जाऊँगा तो नाल दी नाल आपां हुण इन्हां नूं पुछदे आपां वीडियो बारे भी पुछांगे लाइव सवाल आ कट कोई नहीं लाउणा आपां विच पुछांगे आपां इन्हां तों भी इन्हां ने किहड़ियां किहड़ियां वीडियो देखियां तो पहलां मैनूं भाई घोड़ी बारे दसो तुसीं आपदी बारे भी इहदे मगर जिहड़ी आ बछेरी आ निक्की जी तेरा नाम हैगा दलजीत ते इहदा नाम हैगा शमीत दलजीत तूं दस मैनूं इह किहड़े घोड़े दी आ इहदी कल्लां वाले चेते घोड़े दी आ जी बल्ले 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 इन्ना चेते भी कल्ली पिंड च कल कल्ला पिंड च आहो चेतक घोड़ा घोड़ा के हो जा रंग के हो जा नुकरा ए नुकरा ते ए जेड़ी थोड़ी घोड़ी है एदा रंग केड़ा है ए जी हैगी आ लाल चंबी अच्छा ए लाल चंबी आ ठीक आ एदे मथे पटा ता मेनू ए लगदा वी जिवें मारवाड़ी घोड़ियां दे हुंदा ओवें आ हैना हैं हां जी अच्छा ए कल्ला वाले चेतक घोड़े दी बच्ची आ ते ए मैं देखा है थोनू ए किन्ने दिनां दी हो गई इह ए अज जी 8 दिनां ही हो गई अच्छा 8 ਦਿਨਾਂ ਦੀ ਤੇ ਤੁਹਾਨੂੰ ਇਹ ਸੱਦਦੀ ਕਾ ਤੋਂ ਸੀ ਅੱਜ ਇਹ ਆਵਾਜ਼ ਮਾਰਦੀ ਤੁਹਾਨੂੰ ਕੀ ਕਾ ਕੀ ਖਵਾਉਨੇ ਉਹਨੇ ਇਹਨੂੰ ਮੇਰੀ ਬਸ ਇਹ ਦੁੱਧ ਪੀਣੇ ਨੇ ਇਹਨੂੰ ਦੁੱਧ ਪੀਉਨੇ ਉਹਨੇ ਹਾਂਜੀ ਦੁੱਧ ਪੀਣ ਲੱਗ ਗਈ 8 ਦਿਨਾਂ ਦੀ ਹਾਂਜੀ ਕਿੰਨੇ ਦਿਨਾਂ ਤੋਂ ਦੁੱਧ ਪੀਉਣ ਲੱਗ ਗਈ ਸੀ ਕਿੰਨੇ ਦਿਨਾਂ ਦੀ ਹੋਈ ਨੂੰ ਇਹ ਜੀ 4-5 ਦਿਨਾਂ ਹੀ ਸੀ ਜੀ 4 ਦਿਨਾਂ ਦੀ ਨੂੰ ਦੁੱਧ ਪੀਉਣ ਲੱਗ ਗਏ ਤੁਸੀਂ ਹਾਂਜੀ ਤੇ ਕਿੰਨਾ ਦੁੱਧ ਪੀ ਜਾਂਦੀ ਹੈ ਇਹ ਜੀ ਅੱਧਾ ਅੱਧਾ ਕਿਲੋ ਪੀ ਜਾਂਦੀ ਹੈ ਅੱਧਾ ਕਿਲੋ ਤੇ ਕਾਹਦਾ ਦੁੱਧ ਪਿਉਣਾ ਇਹਨਾਂ ਨੂੰ ਤੂੰ ਗਾਂ ਦਾ ਮੱਝ ਦਾ ਦੇਸੀ ਗਾਂ ਦਾ ਪਿਉਣੀ ਹੈ ਇਹਨਾਂ ਦਾ ਦੇਸੀ ਗਾਂ ਜਿਹੜੀ ਉਧਰ ਖੜੀ ਹੈ ਲਾਲ ਹਾਂਜੀ ਉਹ ਤਾਂ ਦੁੱਧ ਪਿਉਣੇ ਇਹਨੂੰ ਹਾਂਜੀ ਤੇ ਪੀ ਜਾਂਦੀ ਆ ਆਰਾਮ ਨਾਲ ਹਾਂਜੀ ਤੇ ਮਾਂ ਦਾ ਦੁੱਧ ਕਿੰਨੇ ਰੀ ਚੁੰਗਦੀ ਹੈ ਕਿਤੇ ਧਿਆਨ ਰੱਖਿਆ ਵੀ ਕਿੰਨੇ ਕਿੰਨੇ ਚਿਰ ਮਗਰੋਂ ਚੁੰਗਦੀ ਹੈ ਅੱਧੇ ਘੰਟੇ ਜਾਂ 1 ਘੰਟੇ ਬਾਅਦ ਚੁੰਗਦੀ ਹੁੰਦੀ ਚੁੰਗੀ ਜਾਂਦੀ ਹੈ ਜਦੋਂ ਮਰਜ਼ੀ ਦੇ ਲੈ ਚੁੰਗੀ ਜਾਂਦੀ ਹੁੰਦੀ ਹੈ ਨਾ ਇਹ ਬਹੁਤ ਸ਼ਤਾਨ ਆ ਮੈਂ ਤੇ ਤੇਰੀਆਂ ਸ਼ਿਕਾਇਤਾਂ ਲਾਈ ਜਾਂਦੇ ਆ ਇਹ ਤੇ ਇਹਦਾ ਨਾਂ ਕੀ ਰੱਖਤਾ ਇਹਦਾ ਨਾਂ ਹੀ ਮਸਤਾਨੀ ਹੈ ਜੀ ਮਸਤਾਨੀ ਤੇਰੀਆਂ ਸ਼ਿਕਾਇਤਾਂ ਲਾਈ ਜਾਂਦੇ ਆ ਪੁੱਤ ਇਹ ਕਹਿੰਦੇ ਦੁੱਧ ਬਾਲਾ ਚੁੰਗਦੀ ਆ ਇਹ ਤੇ ਆ ਦੇਖ ਮੈਥੋਂ ਵੀ ਖਾਣ ਨੂੰ ਮੰਗਦੀ ਓ ਲੈ ਲੈ ਪੁੱਤ ਤੇਰੀਆਂ ਸ਼ਿਕਾਇਤਾਂ ਲਾਉਂਦੇ ਆ ਇਹ ਚੰਗੋ ਤੇ ਇਹ ਕੱਪੜੇ ਇਹ ਥੋੜੇ ਅਰਗੇ ਕੱਪੜੇ ਇਹਦੇ ਪਾਏ ਆ ਓਏ ਹੈਨਾ ਇਹ ਵੀ ਚਿੱਟੇ ਹੀ ਪਾਈ ਫਿਰਦੀ ਆ ਹਾਂਜੀ ਤੇ ਅੱਛਾ ਇਹ ਫਿਰ ਹੁਣ ਮੈਨੂੰ ਐਉਂ ਦੱਸੋ ਵੀ ਮਸਤਾਨੀ ਨੂੰ ਆਪਾਂ ਫਾਰਮ ਤੇ ਰੱਖਾਂਗੇ ਕਿ ਆਪਾਂ ਗਾਂ ਫਿਰ ਬਾਪੂ ਨੂੰ ਕਵਾਂਗੇ ਵੇਚ ਦੇ ਨਹੀਂ ਰੱਖਣਾ ਹੀ ਇਹਨੂੰ ਤਾਂ ਅੱਛਾ ਹਾਂਜੀ ਇਹਨੂੰ ਰੱਖਾਂਗੇ ਹਾਂਜੀ ਠੀਕ ਆ ਇੰਨਾ ਪਿਆਰ ਆਉਂਦਾ ਇਹਦਾ ਹਾਂਜੀ ਮੈਂ ਤਾਂ ਕਹਿੰਦਾ ਇਹਨੂੰ ਤੁਸੀਂ ਨਾਲ ਪਾ ਲਿਆ ਕਰੋ ਯਾਰ ਇੱਥੇ ਗਰਮੀ ਲੱਗਦੀ ਹੋਊਗੀ ਇਹਦੇ ਮੱਛਰ ਲੜਦਾ ਹੋਊਗਾ ਰਾਤ ਨੂੰ ਇਹਨੂੰ ਨਾਲ ਪਾ ਲਿਆ ਕਰੋ ਮੰਜੇ ਤੇ ਪੈ ਜਾ ਕਰੂਗੀ ਆਰਾਮ ਨਾਲ ਇਹ ਕਿ ਨਹੀਂ ਪੈ ਜਾ ਕਰੂਗੀ ਤੇਰੇ ਨਾਲ ਇਹ ਹੈ ਨਹੀਂ ਪੈਣਾ ਇਹਨੇ ਹਨਾ ਰਾਤ ਨੂੰ ਇਹ ਦੁੱਧ ਪਾਲੂਗੀ ਸ਼ਰਾਰਤ ਕਰਦੀ ਆ ਤੇ ਲੱਤ ਲੁੱਤ ਨਹੀਂ ਮਾਰਦੀ ਫਿਰ ਤੁਹਾਡੇ ਨਹੀਂ ਨਹੀਂ ਤੇ ਘੋੜੀ ਤੇ ਬੈਠਦੇ ਹੁੰਨੇ ਆ ਹਾਂਜੀ ਜੀ ਝੂਟਾ ਲੈਨੇ ਹੁੰਨੇ ਆ ਹਾਂਜੀ ਕੱਲੇ ਲੈ ਜਾਂਦੇ ਘੋੜੀ ਹਾਂਜੀ ਕੁਝ ਨਹੀਂ ਆਂਦੀ ਘੋੜੀ ਤੇ ਜਦੋਂ ਹੁਣ ਬੱਚੀ ਨੂੰ ਵਿਛੇਰੀ ਨੂੰ ਫੜਦੇ ਆ ਤੇ ਉਦੋਂ ਨਹੀਂ ਕੁਝ ਆਂਦੀ ਘੋੜੀ ਹੈ ਕੋਈ ਗੱਲ ਬਾਤ ਨਹੀਂ ਤੇ ਆ ਆ ਸੋਟੀਆਂ ਕਿੱਥੋਂ ਲਿਆਂਦੀਆਂ ਇਹ ਜਗਰਾਂ ਘੋੜੇ ਵਾਲੀ ਮੰਡੀ ਤੋਂ ਜਗਰਾਂ ਆ ਦੇਖੋ ਲੈ ਬੰਦੇ ਪੂਰੇ ਸ਼ਕੀਨ ਆ ਜਦੋਂ ਵੀਡੀਓ ਨਾ ਬਣਨ ਲੱਗੀ ਮੁੱਢੋਂ ਤੇ ਇਹ ਦੋਨੇ ਜਾਣੇ ਹਜੇ ਪਿਓ ਨੇ ਉਨੀ ਤਿਆਰੀ ਨਹੀਂ ਸੀ ਕੀਤੀ ਜਿੰਨੀ ਪੁੱਤਾਂ ਦੀ ਤਿਆਰੀ ਸੀ ਆ ਸੋਟੀਆਂ ਲੈ ਕੇ ਐ ਪੂਰੇ ਚਿੱਟੇ ਇਹਨਾਂ ਦੇ ਲੀੜੇ ਪਾ ਕੇ ਤੇ ਪੂਰੇ ਐ ਬਣ ਕੇ ਆ ਗਏ ਤੇ ਮੈਂ ਵੀ ਫਿਰ ਕਿਹਾ ਮੈਂ ਕਿਹਾ ਵੀ ਬੰਦਿਆਂ ਦੀ ਆਪਾਂ ਇੰਟਰਵਿਊ ਕਰਾਂਗੇ ਆਪਾਂ ਪੁੱਛ ਗਿੱਛ ਕਰਾਂਗੇ ਕਲਾਸ 'ਚ ਕਿਹੜੀ 'ਚ ਪੜ੍ਹਦਾ ਪਹਿਲਾਂ ਤਾਂ ਦਲਜੀਤ ਤੂੰ ਦੱਸ ਕਿਹੜੀ ਕਲਾਸ ਮੈਂ 5ਵੀਂ ਕਲਾਸ 'ਚ ਤੇ ਤੂੰ ਬਾਈ ਅਸ਼ਮੀਤ 6ਵੀਂ ਕਲਾਸ 'ਚ ਤੇ ਤੁਹਾਡੇ ਦੋਨਾਂ 'ਚੋਂ ਪੜ੍ਹਾਈ 'ਚ ਹੁਸ਼ਿਆਰ ਕਿਹੜਾ ਬਸ ਦੋਵੇਂ ਇੱਕੋ ਜਿਹੇ ਆ ਇੱਕੋ ਜਿਹੇ ਆ ਤੇ ਕੁੱਟ ਘਰੇ ਕਿਹਦੇ ਵੱਧ ਪੈਂਦੀ ਆ ਕੁੱਟ ਤਾਂ ਵੀ ਮੈਨੂੰ ਸ਼ੱਕ ਪੈਂਦੀ ਆ ਕੁੱਟ ਤਾਂ ਤੇਰੇ ਵੱਧ ਪੈਂਦੀ ਉਹ ਐਲਤੀ ਦਾ ਤੂੰ ਵੱਧ ਆ ਹਨਾ ਐਲਤੀ ਇਹ ਵੱਧ ਆ ਨਾ ਸ਼ਰਾਰਤ ਕਿਹੜਾ ਕੌਣ ਵੱਧ ਕਰਦਾ ਤੁਹਾਡੇ ਚੋਂ ਠੀਕ ਆ ਦੋਨੇ ਦੋਨੇ ਠੀਕ ਆ ਉਹ ਮੈਨੂੰ ਠੀਕ ਆ ਉਹ ਤਾਂ ਤੁਸੀਂ ਨਹੀਂ ਮੰਨਣਾ ਹੁਣ ਕੈਮਰਾ ਚੱਲਦਾ ਤੁਹਾਨੂੰ ਦੇਖਦੇ ਹੋਣਗੇ ਨਾਨਕੀ ਵੀ ਤੁਹਾਡੀ ਵੀਡੀਓ ਜਾ ਵੜਨੀ ਆ ਮਾਸੀ ਕੋਲੇ ਵੀ ਤੁਹਾਡੀ ਵੀਡੀਓ ਜਾ ਵੜਨੀ ਆ ਵੀ ਤੁਹਾਡੀ ਇੰਟਰਵਿਊ ਹੁੰਦੀ ਸੀ ਉਦੋਂ ਤੁਸੀਂ ਮੰਨੇ ਨਹੀਂ ਤੇ ਨਾਨਕੀ ਜਾ ਕੇ ਅਲਤ ਕੌਣ ਕਰਦਾ ਹੁੰਦਾ
ਵੱਧ ਤੁਹਾਡੇ ਚੋਂ ਦੋਨੇ ਨਹੀਂ ਕਰਦੇ चल ना मनो कोई गल नहीं नानकिया ने नानकिया की जिम्मेवारी आ कमेंट करना नानके जिहड़ी जी चीज़ इन्होंने तोड़ी भन्नी आ वह दसना तुसी कमेंट करके भी ये अलत करते तो जो थोड़ी हुण आ घोड़ी आ इत्थे तो थोड़ा नानकी जाके जी लग जांदा छुट्टियां छट्टियां च गया दा लगता नहीं घोड़ी तो बिना यार घोड़ियां वालियां दे जवाक नानकी बहुत घट जांदे आ मैं ये गल वेखी आ साडे जवाक भी नानकी जा वड़दे आ चा ना फिर पंजां चौं दिनां बाद खौरू पट्टण लग जांदे कहिंदे यार घोड़ियां तो बिना जी नहीं लगता मैं ये चीज़ देखी आ इउं करदे आ नानकियां नूं भी कहिंदे आ भी एक घोड़ी वह भी रखणगे है नहीं ना उन्होंने घोड़ी बस तो ही चक्कर आ उन्होंने आपां अगली वार उन्होंने कहना भी छुट्टियां च सद्दणे आ जवाक तो घोड़ी रखो तो हुण मैनूं दस मेरी वीडियो बारे गल दस मेरी कि वीडियो देखी है सारी वीडियो देनी है ਕਿਹੜੀ ਕਿਹੜੀ ਦੇਖੀ ਹੈ ਯਾਦ ਕਿਹੜੀ ਆ ਕਿਹੜੀ ਘੈਂਟ ਕਿਹੜੀ ਲੱਗੀ ਬੜੀ ਘੈਂਟ ਕਿਹੜੀ ਲੱਗੀ ਮੈਨੂੰ ਸਾਰਿਆਂ ਨਾਲੋਂ ਵੱਧ ਘੈਂਟ ਲੱਗੀ ਘਲਾਂ ਵਾਲੇ ਚੇ ਤੱਕ ਆਏ ਹਾਏ ਹਾਏ ਤੂੰ ਕਿਹੜੇ ਬਸ਼ੇਰੀ ਆ ਨਾ ਤਾਂ ਕਰਕੇ ਬਾਈ ਬੰਦੇ ਨਾ ਇੱਕ ਗੱਲ ਡੂੰਘੇ ਆ ਆਪਦੇ ਵਾਲੇ ਘੋੜੇ ਦਾ ਹੀ ਪ੍ਰਚਾਰ ਕਰਦੇ ਆ ਕਹਿੰਦੇ ਸਾਰਿਆਂ ਨੂੰ ਘੈਂਟ ਹੀ ਘਲਾਂ ਵਾਲੇ ਚੇ ਤੱਕ ਘੋੜੇ ਦੀ ਲੱਗੀ ਵੀਡੀਓ ਤਾਂ ਸਾਰੀਆਂ ਵਧੀਆ ਹੁੰਦੀਆਂ ਪਰ ਇਹਨਾਂ ਨੂੰ ਸਪੈਸ਼ਲ ਉਹ ਪਸੰਦ ਸੀਗਾ ਉਹਦੇ 'ਚ ਫਿਰ ਇੱਕ ਗੱਲ ਮੈਨੂੰ ਹੁਣ ਦੱਸ ਚੇਤਕ ਦੀ ਪਸੰਦ ਆ ਗਈ ਵੀਡੀਓ ਮੈਨੂੰ ਵੀ ਘੋੜਾ ਬਹੁਤ ਚੰਗਾ ਲੱਗਦਾ ਉਹ ਹੁਣ ਮੈਨੂੰ ਇਉਂ ਦੱਸ ਵੀ ਉਹ 'ਚ ਕਿਹੜੀ ਗੱਲ ਘੈਂਟ ਲੱਗੀ ਇੱਕ ਤਾਂ ਚਾਚੇ ਨੇ ਸ਼ੇਰ ਬੋਲਿਆ ਸੀ ਮੂਹਰੇ ਹਾਂਜੀ ਖਮੀ ਕਹਿੰਦਾ ਸੀ ਛਾਲ ਮਾਰ ਕੇ ਘੋੜੇ 'ਤੇ ਚੜ ਜਾਣਾ ਏ ਜੇ ਸ਼ੇਰ ਜਿਹਾ ਬੋਲਿਆ ਸੀ ਹਨਾ ਉਹ ਕਿਵੇਂ ਲੱਗਿਆ ਘੈਂਟ ਲੱਗਿਆ ਉਹੀ ਵਧੀਆ ਸੀ ਉਹਦੇ ਨਾਲ ਫੋਨ 'ਤੇ ਤਾਂ ਨਹੀਂ ਗੱਲ ਹੋਈ ਕਿਤੇ ਨਹੀਂ ਉਹਨੂੰ ਫੋਨ ਕਰਕੇ ਕਹਿਣਾ ਸੀ ਵੀ ਤੇਰੀ ਵੀਡੀਓ ਲੈ ਵੀ ਚਾਚਾ तेरी वीडियो मुंडिया नूं बाली ज्यादा पसंद आई है जवाकों जवाक तेरे फैन होए पए आ ते होर केड़ी वीडियो एक वीडियो मैं कमेडी पाई सी डोडे खाण वाली वो देखी सी हासे वाली देखी सीगी लै वी इहदा सारियां देखदे आ मतलब वीडियो बहुत बहुत मन खुश आ बई भरावो ते जानवर इन्हां दा किहो जिहा लग्गिया दस्सिओ जरूर ते मन बागो बाग हो गया मुंडिया नाल गलबात करके पुत खुल के जिंदगी च ना एक गल याद रखियो खुल के बोली दा खुल के गल करी दी आ मैं तैनू मैनू तेरा वधिया लग्या भी तू खुल के गल करदा पुत तू थोड़ा जिहा दबदा ठीक है ना ये जिन्ना मतलब ना आपां जिंदगी च किते अगे जाणा किते भी तुसी नौकरी लई इंटरव्यू देनी आ पुत तुसी कोई दुकानदारी करनी आ तुसी कोई चीज़ बेचनी आ तुसी कोई चीज़ खरीदनी आ जिन्ना चिर थोड़े मन की गल आ तुसी खुल के नहीं कहिंदे उन्ना चिर थोनू घाटा ही घाटा जो थोड़े मन च गल पड़ाक देने तुसी कहती चीज़ बेचने वेले भी थोनू मौज थोनू खरीदने वेले भी नौकरी लैनी है थोड़ी इंटरव्यू कड़ाक देने तुसी पास हो जाना जो गल चित च ना उन्हूं ठा देने कह दईदा हुंदा ते सच मैनू एक पता लग्या भी मैनू तेरा डैडी दसदा सी ते चैनल आ थोड़ा चैनल दस बई किहड़ा वी धालीवाल फार्मस आ जी नाम धालीवाल फार्मस फार्मस हांजी धालीवाल फार्मस थोड़ा चैनल आ तूं चलाउणा का चलाउणा ए मैं चलाउणा ही तू चलाउना आप हांजी तू एडमिन आ चैनल दा हांजी किन्नियां वीडियो पातियां उत्ते 7-8 पातियां 7-8 वीडियो पातियां ते ओ चैनल YouTube ते के Facebook ते आ YouTube ते सब्सक्राइब करन नूं कह दईए हांजी लै भई धालीवाल फार्मस चैनल आ मुंडियां दा वीडियो साडी बन हटी सी ये मुंडे कहिंदे भी साडा चैनल सब्सक्राइब करना धालीवाल फार्म वाला चैनल आ इहनां दा ते वीडियो एडिट कौन करदा मैं करदा ਵੀਡੀਓ ਐਡੀਟਿੰਗ ਕਿਹੜੇ ਸੌਫਟਵੇਅਰ 'ਚ ਕਰਦਾ ਭਾਈ ਫੋਨ 'ਤੇ ਹੁੰਦਾ ਹੀ ਆਖਿਆ ਪੋਤੇ ਕਰ ਲੈਂਦਾ ਪ੍ਰੀਤ ਕਮਾਲ ਕਰੀ ਜਾਂਦੇ ਆ ਮੁੰਡੇ ਆਹ ਲੈ ਵੀ ਭੋਰਾ ਕੇ ਜਵਾਕ ਆ ਚੈਨਲ ਵੀ ਚਲਾਈ ਬੈਠਾ ਵੀਡੀਓ ਆਪ ਹੀ ਬਣਾਉਂਦਾ ਆਪ ਹੀ ਐਡਿਟ ਕਰਦਾ ਧਾਲੀਵਾਲ ਫਾਰਮਸ ਵਾਲੇ ਚੈਨਲ 'ਤੇ ਗੇੜਾ ਜ਼ਰੂਰ ਮਾਰ ਕੇ ਆਇਓ ਵੇਖੇ ਆਇਓ ਨੰਬਰ ਦੇ ਕੇ ਆਉਣੇ ਕਮੈਂਟ ਬਾਕਸ ਦੇ ਵਿੱਚ ਵੀ ਇਹਨੂੰ ਦਸਾਂ ਦੇ ਵਿੱਚੋਂ ਤੁਸੀਂ ਇਹਦੇ ਕੰਮ ਨੂੰ ਕਿੰਨੇ ਨੰਬਰ ਦਿੰਦੇ ਇਹਨੂੰ ਨੰਬਰ ਦੇ ਕੇ ਆਉਣੇ ਠੀਕ ਆ ਨਾ ਜਿਉਂਦੇ ਵਸਦੇ ਰਹੋ ਬਹੁਤ ਚੰਗਾ ਲੱਗਿਆ ਪੁੱਤ ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ ਜਿਉਂਦੇ ਕਰ ਸ਼ੇਅਰ ਕਰ ਦਿਓ ਬਾਈ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਧੰਨਵਾਦ ਜਿਉਂਦੇ ਲਓ